ਸਤਿ ਸ਼੍ਰੀ ਅਕਾਲ ਦੋਸਤੋ, ਹੋਪ ਕਿਵੇਂ ਹੋ? ਸਭ ਵਧੀਆ ਹੀ ਹੋਣੇ। ਅਤੇ ਅੱਜ ਆਪਾਂ ਜਾ ਰਹੇ ਹਾਂ ਬ੍ਰਹਮਪੁੱਤਰ ਜੰਗਲ ਰੈਸਟੋਰੈਂਟ 'ਚ ਜਾ ਰਹੇ ਹਾਂ ਅਤੇ ਤੁਹਾਨੂੰ ਸਭ ਦਿਖਾਵਾਂਗੇ। ਅਤੇ ਹੁਣ ਥੋੜ੍ਹੀ ਦੇਰ 'ਚ ਚੱਲਾਂਗੇ, 5-10 ਮਿੰਟ 'ਚ ਚੱਲਾਂਗੇ। ਅਤੇ ਹਾਲੇ ਥੋੜ੍ਹੀ ਜਿਹੀ ਬਾਰਿਸ਼ ਹੋ ਗਈ ਹੈ, ਥੋੜ੍ਹਾ ਬਾਰਿਸ਼ ਰੁਕ ਜਾਣ ਦਿਓ, ਫਿਰ ਆਪਾਂ ਚੱਲਦੇ ਹਾਂ ਰੈਸਟੋਰੈਂਟ 'ਚ। ਤੁਹਾਨੂੰ ਸਭ ਦਿਖਾਵਾਂਗੇ ਕਿਵੇਂ ਦਾ ਹੈ, ਮਤਲਬ ਜੰਗਲ 'ਚ ਬਣਿਆ ਹੈ ਰੈਸਟੋਰੈਂਟ ਉਹ। ਅਤੇ ਉਹਦਾ ਨਾਮ ਹੀ ਐਵੇਂ ਰੱਖਿਆ ਬ੍ਰਹਮਪੁੱਤਰ ਜੰਗਲ ਰੈਸਟੋਰੈਂਟ, ਅਤੇ ਤੁਹਾਨੂੰ ਸਭ ਦਿਖਾਵਾਂਗੇ। ਚਲੋ ਫਿਰ ਆਪਾਂ ਚੱਲਦੇ ਹਾਂ। ਲਓ ਜੀ, ਥੋੜ੍ਹੀ ਜਿਹੀ ਬਾਰਿਸ਼ ਤਾਂ ਰੁਕੀ ਹੈ ਅਤੇ ਆਪਾਂ ਚੱਲਦੇ ਹਾਂ ਹੁਣ। ਥੋੜ੍ਹੀ ਜਿਹੀ ਧੁੱਪ ਵੀ ਨਿਕਲੀ ਹੋਈ ਹੈ, ਤੁਸੀਂ ਦੇਖ ਸਕਦੇ ਹੋ, ਅਤੇ ਆਪਾਂ ਹੁਣ ਚੱਲਦੇ ਹਾਂ। ਥੋੜ੍ਹਾ ਏਰੀਆ ਜੰਗਲ ਟਾਈਪ ਦਾ ਹੈਗਾ, ਅਤੇ ਸੁੰਨਸਾਨ ਜਗ੍ਹਾ ਵੀ ਹੈਗੀ ਹੈ, ਅਤੇ ਬੰਦਾ ਇੱਥੇ ਮਤਲਬ ਇਕੱਲਾ ਪੈਦਲ ਨਹੀਂ ਜਾ ਸਕਦਾ ਬੰਦਾ। ਅਤੇ ਆਪਾਂ ਬਾਈਕ 'ਤੇ ਜਾ ਰਹੇ ਹਾਂ ਤਾਂ ਹੀ ਕਰਕੇ। ਰੈਸਟੋਰੈਂਟ ਦਾ ਮੇਨ ਗੇਟ ਆ ਗਿਆ, ਥੋੜ੍ਹਾ ਜਿਹਾ ਉੱਪਰ ਚੜ੍ਹਾਈ ਚੜ੍ਹਨੀ ਪੈਣੀ ਹੈ। ਲੈ ਜੇ ਆਪਣੇ ਬਾਈਕ ਨੂੰ ਪਾਰਕਿੰਗ 'ਚ ਲਾਤੀ ਹੈ, ਅਤੇ ਹੁਣ ਆਪਾਂ ਪੈਦਲ ਚੱਲਣਾ ਥੋੜ੍ਹਾ ਜਿਹਾ ਉੱਪਰ। ਚੜ੍ਹਾਈ ਹੈਗੀ ਹੈ। ਸੋ ਮੈਂ ਤੁਹਾਡਾ ਆਪਣਾ ਇੰਦਰਪੁਰ ਸਿੰਘ ਇੱਕ ਨਵੀਂ ਵੀਡੀਓ ਨੂੰ ਲਾਇਆ, ਅਤੇ ਅੱਜ ਆਪਾਂ ਆਏ ਹਾਂ ਬ੍ਰਹਮਪੁੱਤਰ ਪਾਰਕ 'ਚ, ਅਤੇ ਘੁੰਮਣ ਆਏ ਹਾਂ, ਅਤੇ ਤੁਹਾਨੂੰ ਸਭ ਦਿਖਾਵਾਂਗੇ। ਅਤੇ ਫਿਰ ਅੰਧੇਰ ਹੋ ਚੁੱਕੇ ਅਤੇ ਲਾਈਟਾਂ ਵੀ ਲੱਗ ਚੁੱਕੀਆਂ, ਸ਼ਾਮ ਦੇ 6 ਵੱਜ ਚੁੱਕੇ ਹੈ, ਅਤੇ ਤਾਂ ਕਰਕੇ ਥੋੜ੍ਹੀ ਲਾਈਟਾਂ ਚੱਲ ਪਈਆਂ। ਅਤੇ ਰਾਤ ਦਾ ਨਜ਼ਾਰਾ ਜ਼ਿਆਦਾ ਖੂਬਸੂਰਤ ਹੈਗਾ, ਇੱਧਰ ਸੋਹਣਾ ਹੈਗਾ ਮਤਲਬ। ਅਤੇ ਝਰਨਾ ਵੀ ਬੈ ਲਾਈਟ ਜਗ ਕੇ ਤਾਂ ਫੁਹਾਰਾ ਵੀ ਵਧੀਆ ਲੱਗ ਰਿਹਾ। ਅਤੇ ਇੱਥੇ ਲੋਕ ਚਾਏ ਵਾਏ ਕੋਲਡ ਡਰਿੰਕ ਕੋਲਡ ਡਰਿੰਕ ਪੀ ਰਹੇ। ਦੇਖ ਸਕਦੇ ਹੋ ਦੋਸਤੋ, ਅਤੇ ਹੁਣ ਥੋੜ੍ਹਾ ਅੰਧੇਰਾ ਅਤੇ ਰਸਤਾ ਵੀ ਥੋੜ੍ਹਾ ਡਰਾਵਣਾ ਲੱਗ ਰਿਹਾ, ਅਤੇ ਬਾਰਿਸ਼ ਦਾ ਮੌਸਮ ਵੀ ਹੋ ਗਿਆ, ਅਤੇ ਤਾਂ ਕਰਕੇ ਥੋੜ੍ਹੀ ਸਲੋ ਚਲਾ ਰਿਹਾ ਬਾਈਕ ਦਾ। ਅਤੇ